ਰਿਸ਼ਤਿਆਂ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਏ ਮੋਗਾ ਤੋਂ, ਜਿੱਥੇ ਕਿ ਇੱਕ ਸ਼ਰਾਬੀ ਪਿਤਾ ਨੇ ਆਪਣੇ ਹੀ 9 ਸਾਲਾਂ ਦੇ ਮੁੰਡੇ ਨੂੰ ਮੱਚਦੀ ਅੱਗ ਵਿੱਚ ਸੁੱਟ ਦਿੱਤਾ। ਦੱਸ ਦਈਏ ਕਿ ਮੌਕੇ ਉੱਤੇ ਮੁੰਡੇ ਦੀ ਭੈਣ ਨੇ ਆਪਣੇ ਭਰਾ ਨੂੰ ਅੱਗ ਵਿੱਚੋਂ ਕੱਢ ਲਿਆ ਤੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਜ਼ਖਮੀ ਮੁੰਡੇ ਦੀ ਮਾਂ ਨੇ ਦੱਸਿਆ ਕਿ ਉਸਦਾ ਪਤੀ ਅਕਸਰ ਸ਼ਰਾਬ ਪੀ ਕੇ ਬੱਚਿਆਂ ਦੀ ਕੁੱਟਮਾਰ ਕਰਦਾ ਏ। ਇਸ ਤੋਂ ਇਲਾਵਾ ਉਸਨੇ ਕਿਹਾ ਹੈ ਕਿ ਉਹ ਆਪਣੇ ਪਤੀ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗੀ। ਮੇਰਾ ਨਾਮ ਪੂਨਮ ਜੀ, ਮੋਗੇ ਦੀ। ਮੇਰਾ ਘਰਵਾਲਾ ਜੀ, ਮੇਰੀ 20 ਸਾਲ ਹੋ ਗਏ ਸ਼ਾਦੀ ਨੂੰ। ਸ਼ੁਰੂ ਤੋਂ ਹੀ ਦਾਰੂ ਪੀਂਦਾ ਆਉਂਦਾ ਜੀ, ਅਤੇ ਹੁਣ ਅੱਜ ਹੱਦ ਕਰਤੀ ਇਹਨੇ ਚੱਕ ਕੇ ਜਵਾਕ ਨੂੰ ਅੱਗ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਆ। ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦੀ, ਮੈਂ ਮਾਂ ਹੂੰ, ਮੈਂ ਬਰਦਾਸ਼ਤ ਕਰ ਸਕਦੀ ਹਾਂ। ਮੇਰੇ ਉੱਤੇ ਕੋਈ ਵੀ ਜ਼ੁਲਮ ਕਰੇ, ਮੈਂ ਜਵਾਕਾਂ ਦੇ ਉੱਤੇ ਨਹੀਂ ਹੱਥ ਚੱਕਣ ਦਿੰਦੀ ਜੀ। ਬਾਬੂ ਰਾਮ ਜੀ। ਕਿੰਨੇ ਬੱਚੇ ਜੀ? ਮੇਰੇ 5 ਆ। ਹਾਂਜੀ ਹਾਂਜੀ। ਕਿੰਨੇ ਬੱਚੇ ਪੜ੍ਹਦੇ? ਮੇਰੇ 5 ਬੱਚੇ ਪੜ੍ਹਦੇ ਜੀ। ਕੀ ਕਰਦੇ ਤੁਹਾਡੇ ਘਰ? ਡਰਾਈਵਰ ਹੈ ਜੀ। ਰੋਜ਼ ਡਰਿੰਕ ਕਰਕੇ ਆ ਕੇ ਜਵਾਕਾਂ ਨੂੰ ਕੁੱਟਦੇ ਆ, ਮੈਨੂੰ ਕੁੱਟਦੇ ਆ। 2-3 ਵਾਰ ਅਸੀਂ ਦਰਖਾਸਤ ਵੀ ਦਿੱਤੀ ਆ, ਮੁਹੱਲੇ ਵਾਲਿਆਂ ਨੇ ਸਮਝਾ ਕੇ ਪੰਚਾਇਤ ਬਿਠਾ ਕੇ ਸੁਲਾਹ ਕਰਾਤੀ ਸੀਗੀ, ਉਹ ਫਿਰ ਵੀ ਇੰਨੀ ਆਵਾਜ਼ ਆਇਆ। ਹੁਣ ਇਹੋ ਜਿਹੀ ਗਲਤੀਆਂ ਮੈਂ ਦੁਬਾਰਾ ਨਹੀਂ ਬਰਦਾਸ਼ਤ ਕਰ ਸਕਦੀ ਜੀ। ਮੈਂ ਆਪਣੇ ਜਵਾਕਾਂ ਨੂੰ ਖੁਦ ਹੀ ਪਾਲਦੀ ਹਾਂ, ਜੇ ਮੈਂ ਉਹਨਾਂ ਨੂੰ ਇਹੋ ਜਿਹੀ ਗੱਲ ਕਰਾਂਗੀ, ਮੈਨੂੰ ਕੋਈ ਰਹਿਣ ਦਊਗਾ? ਕੋਈ ਨਹੀਂ ਦਊਗਾ। ਇਸ ਤੇ ਮੇਰੀ ਵੱਡੀ ਕੁੜੀ ਸੀਗੀ, ਮੈਂ ਜੌਬ 'ਤੇ ਸੀਗੀ ਉਦੋਂ, ਉਦੋਂ ਇਹਨੇ ਗਲਾ ਘੋਟਤਾ ਸੀਗਾ ਉਹਦਾ, ਮੁਹੱਲੇ ਵਾਲਿਆਂ ਨੇ ਆ ਕੇ ਉਹਨੂੰ ਬਚਾਇਆ ਸੀਗਾ। ਉਦੋਂ ਮੈਂ ਘਰ ਛੱਡਤਾ ਸੀਗਾ, ਇਹ ਮੈਨੂੰ ਪੰਚਾਇਤ ਲੈ ਕੇ ਗਿਆ ਸੀਗਾ, ਸਮਝਾ ਬੁਝਾ ਕੇ ਲਿਆਇਆ ਸੀਗਾ। ਹੁਣ ਉਹ ਗੱਲ ਨੂੰ ਵੀ 2 ਹੋ ਗਏ ਆ, ਹੁਣ ਮੈਂ ਕਿੱਥੇ ਜਾਵਾਂ? ਮੈਨੂੰ ਸਿਰੇ ਲਾਓ, ਮੈਨੂੰ ਬਰਦਾਸ਼ਤ ਤੋਂ ਗੱਲ ਬਾਹਰ ਚਲੀ ਗਈ ਮੇਰੇ। ਹੁਣ ਮੇਰੀ ਮੰਗ ਹੈ ਤਾਂ ਕਾਨੂੰਨੀ ਕਾਰਵਾਈ ਹੋਵੇ, ਅੱਗੇ ਕਿਸੇ ਦੇ ਨਾਲ ਨਾ ਹੋਵੇ, ਬਸ ਇਹੀ ਚਾਹੀਦੀ ਆ ਮੈਨੂੰ। ਮੇਰੇ ਜਵਾਕ ਨੂੰ ਕਿੱਥੇ ਜਾਣਗੇ? ਜੇ ਮੈਨੂੰ ਕੁਛ ਹੋ ਜਾਏ ਜਾਂ ਮੇਰੇ ਜਵਾਕ ਨੂੰ ਕੁਛ ਹੋ ਜਾਏ, ਮੈਂ ਕਿੱਥੇ ਜਾਊਂਗੀ? ਮੈਨੂੰ ਤਾਂ ਕੋਈ ਖਰਚਾ ਪਾਣੀ ਵੀ ਨਹੀਂ ਦਿੰਦਾ, ਲਵੇ ਖਰਚਾ ਪਾਣੀ ਦਿੰਦਾ ਹੋਏ, ਜਦ ਅਸੀਂ ਮਾਰ ਸਹਿ ਲਈਏ ਇਹਦੀ, ਸਾਨੂੰ ਤਾਂ 5 ਦਾ ਸਹਾਰਾ ਨਹੀਂ ਗਾ, ਅਸੀਂ ਪੱਲਿਓ ਖਾਂਦੇ ਇਹਨੂੰ ਫਿਰ ਵੀ। ਇਸ ਤੋਂ ਇਲਾਵਾ ਉਸਨੇ ਕਿਹਾ ਕਿ ਉਹ ਆਪਣੇ ਪਤੀ ਦੇ ਖਿਲਾਫ ਕਾਰਵਾਈ ਕਰਵਾਉਣ ਦੇ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗੀ ਤਾਂ ਜੋ ਉਹ ਅੱਗੇ ਤੋਂ ਅਜਿਹੀ ਹਰਕਤ ਨਾ ਕਰੇ। DSP ਪਰਮਜੀਤ ਸਿੰਘ ਨੇ ਦੱਸਿਆ ਕਿ ਮੀਡੀਆ ਰਾਹੀਂ ਉਹਨਾਂ ਨੂੰ ਇਸ ਮਾਮਲੇ ਦਾ ਪਤਾ ਲੱਗਿਆ ਏ ਤੇ ਜੇਕਰ ਪੀੜਤ ਔਰਤ ਵੱਲੋਂ ਕੋਈ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ, ਜੇਕਰ ਨਹੀਂ ਤਾਂ ਪੁਲਿਸ ਆਪਣੇ ਪੱਧਰ 'ਤੇ ਜਾਂਚ ਕਰੇਗੀ। ਇਹ ਤੁਹਾਡੇ ਦੱਸਣ 'ਤੇ ਮੈਨੂੰ ਪਤਾ ਲੱਗਿਆ ਵੀ ਇਹ ਕੋਈ ਘਟਨਾ ਹੋਈ ਹੈ, ਪਰ ਇਸ ਤਰ੍ਹਾਂ ਦਾ ਮਸਲਾ ਕੋਈ ਵੀ ਹੋਸਪਿਟਲ ਵੱਲੋਂ ਜੇ ਇਨਫੋਰਮੇਸ਼ਨ ਥਾਣੇ ਨੂੰ ਨਹੀਂ ਭੇਜੀ। ਮੈਂ ਥਾਣੇ ਪਤਾ ਕਰਾਇਆ ਸੀ, ਜੇ ਉਹਨਾਂ ਨੂੰ ਸਾਡੇ ਕੋਲ ਕੋਈ ਸਲਾਹ ਹੁੰਦੀ ਹੈ, ਅਸੀਂ ਉਹਦੇ ਜਿਹੜਾ ਵੀ ਕੋਈ ਉਹਦੀ ਮਦਰ ਦਾ ਬਿਆਨ ਲਿਖ ਕੇ ਉਹਦੇ ਘਰਾਂ ਦੇ ਖਿਲਾਫ਼ ਕਾਰਵਾਈ ਕਰਾਂਗੇ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਤਾਂ। ਅਜੇ ਮੈਂ ਉਸ ਮੌਕੇ 'ਤੇ ਤਫਤੀਸ਼ੀ ਭੇਜੀ ਹੈ, ਬਸ ਪਤਾ ਲੱਗ ਗਿਆ ਤਾਂ ਫਿਰ ਮੈਂ ਤੁਹਾਨੂੰ ਉਹਦੀ ਪੂਰੀ ਜਾਣਕਾਰੀ ਦੇ ਦਿੰਦੀ। ਬਿਲਕੁਲ ਜੀ, ਜੇ ਕਿਸੇ ਨੇ ਕੋਈ ਜੁਰਮ ਕੀਤਾ ਤਾਂ ਉਹਦੇ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। ਉਹਦੇ ਬਿਆਨ ਦੇ ਅਕੋਰਡਿੰਗ ਹੀ ਪਤਾ ਲੱਗੂ ਜੀ। ਸਿਰ ਉੱਤੇ ਪਿਓ ਦਾ ਹੱਥ ਹੋਵੇ ਤਾਂ ਬੱਚੇ ਨੂੰ ਕੋਈ ਡਰ ਨਹੀਂ ਹੁੰਦਾ, ਪਰ ਜੇਕਰ ਆਪਣਾ ਹੀ ਪਿਤਾ ਜਾਨ ਦਾ ਬੈਰੀ ਬਣ ਜਾਵੇ ਤਾਂ ਉਸ ਤੋਂ ਬੱਤਰ ਕੁਝ ਵੀ ਨਹੀਂ ਹੋ ਸਕਦਾ। ਬਿਊਰੋ ਰਿਪੋਰਟ, ਰੰਗਲਾ TV।